ਮੇਰੀ ਮਾਂ ਮੇਰੀ ਮੈਂ ਕੁਛ ਨਹੀਂ ਕਰ ਸਕਦਾ ਤੁਹਾਡੇ ਵਾਸਤੇ, ਮੈਂ ਨਾ ਕੋਈ ਜਗ੍ਹਾ ਲੈ ਕੇ ਦੇ ਸਕਦਾ ਤੁਹਾਨੂੰ ਕਰ ਮੇਰੀ ਮੈਨੂੰ ਮਾਫ ਕਰ ਦੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ 'ਚ ਹੁਣ ਪੜ੍ਹੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਤੇ ਗੱਫੇ ਦਿੱਤੇ ਜਾ ਰਹੇ ਨੇ। ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ। ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ 'ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ, ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44,974 ਹੋ ਗਈ ਹੈ। ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨੇਪਰੇ ਚੜੀਆਂ। ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ, ਮੈਂਬਰ ਬਣੇ ਹੋ, ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ। ਸਿਰਫ 2.5 ਸਾਲ ਦੇ ਕਾਰਜਕਾਲ 'ਚ ਸੂਬੇ ਦੇ 44,974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ, ਜਿਸ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੀ ਨਹੀਂ ਥੱਕਦੇ। ਇਹ ਕਹਿਣਾ ਚਾਹੁੰਦਾ, ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ। ਪਹਿਲੀ ਜਿਹੜੀ ਨੌਕਰੀ ਮੈਂ ਐਜ਼ ਅਸਿਸਟੈਂਟ ਲੀਗਲ ਅਫਸਰ ਪੰਜਾਬ ਪੁਲਿਸ ਜੁਆਇਨ ਕੀਤਾ ਸੀਗਾ, ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟੈਨਿਊਰ ਦੌਰਾਨ ਪ੍ਰਾਪਤ ਕੀਤੀ ਸੀ, ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟੈਨਿਊਰ ਦੌਰਾਨ ਪ੍ਰਾਪਤ ਕਰ ਰਿਹਾ। ਇਸ ਤੋਂ ਬਾਅਦ ਟ੍ਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਲੱਗਦਾ ਹੋ ਸਕਦਾ। ਬੜਾ ਅੱਛਾ ਲੱਗ ਰਿਹਾ ਜੀ, ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਯੁਕਤੀ ਪੱਤਰ ਮਿਲਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ। ਸੰਗਰੂਰ ਤੋਂ ਇੱਕ ਮਦਦ ਦੀ ਗੁਹਾਰ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ। ਤੁਹਾਨੂੰ ਅੱਜ ਇਹੋ ਜਿਹੇ ਪਰਿਵਾਰ ਦੀ ਤਸਵੀਰ ਦਿਖਾਵਾਂਗੇ ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਵੀ ਪਾਣੀ ਆ ਜਾਵੇਗਾ। ਸੰਗਰੂਰ ਦੇ ਉੱਪਲੀ ਰੋਡ ਦੇ ਉੱਪਰ ਮੌਜੂਦ ਹਾਂ। ਕਮਾਉਣ ਵਾਲੇ ਇਨਸਾਨ ਦੀ ਮੌਤ ਹੋ ਜਾਂਦੀ ਆ, ਜਿਸ ਤੋਂ ਬਾਅਦ ਪੂਰਾ ਪਰਿਵਾਰ, 2 ਸਮੇਂ ਦੀ ਰੋਟੀ ਵੀ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਉਹਨੂੰ ਨਹੀਂ ਨਸੀਬ ਹੋ ਰਹੀ। ਨੌਜਵਾਨ ਜਿਹੜਾ ਮੁੰਡਾ ਹੈਗਾ ਅੱਖਾਂ ਤੋਂ ਉੱਪਰ ਦਿਖਾਈ ਨਹੀਂ ਦੇ ਰਿਹਾ, ਉਸਦੀ ਭੈਣ ਜਿਹੜੀ ਹੈਗੀ ਆ ਨਾ ਸੁਣ ਸਕਦੀ ਆ ਨਾ ਬੋਲ ਸਕਦੀ ਆ, ਮਾਤਾ ਬਜ਼ੁਰਗ ਆ ਜਿਹੜੀ ਮੰਜੇ 'ਚ ਪਈ ਹੈ, ਅਤੇ ਪੂਰਾ ਦਾ ਪੂਰਾ ਪਰਿਵਾਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ 2 ਵਕਤ ਦੀ ਰੋਟੀ ਦਾ ਵੀ ਜਿਹੜਾ ਹੈਗਾ ਮੁਹਤਾਜ ਹੋ ਗਿਆ। ਪਹਿਲਾਂ ਤੁਹਾਨੂੰ ਘਰ ਦੀਆਂ ਤਸਵੀਰਾਂ ਦਿਖਾ ਦਈਏ ਕਿ ਸਿਰਫ ਇੱਕ ਕਮਰੇ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਦੇ ਲਈ ਦੀਪਕ ਅੱਜ ਆਪਣੇ ਪਰਿਵਾਰ ਦੇ ਨਾਲ ਮਜਬੂਰ ਆ, ਲਾਚਾਰ ਆ, ਅਤੇ ਮਦਦ ਤੋਂ ਜ਼ਿਆਦਾ ਰੁਜ਼ਗਾਰ ਦੀ ਜਿਹੜੀ ਆ ਮੰਗ ਕਰ ਰਿਹਾ ਦੀਪਕ। ਉਹ ਕਹਿ ਰਿਹਾ ਕਿ ਮੈਨੂੰ ਕੋਈ ਇਹੋ ਜਿਹਾ ਰੁਜ਼ਗਾਰ ਹੀ ਦੇ ਦਿੱਤਾ ਜਾਵੇ, ਮੈਂ ਭੀਖ ਨਹੀਂ ਮੰਗੂੰਗਾ, ਜਿਸ ਦੇ ਨਾਲ ਮੈਂ ਆਪਣਾ ਘਰ ਦਾ ਜਿਹੜਾ ਗੁਜ਼ਾਰਾ ਉਹ ਕਰ ਸਕਾਂ। ਕਿਉਂਕਿ ਦੀਪਕ ਦੇ ਪਿਤਾ ਦੀ ਮੌਤ, ਜਿਹੜੇ ਪੂਰੇ ਘਰ ਦਾ ਗੁਜ਼ਾਰਾ ਕਰਦੇ ਸੀ, 2022 ਦੇ ਵਿੱਚ ਹੋ ਗਈ, ਜਿਸ ਤੋਂ ਬਾਅਦ ਦੀਪਕ ਨੂੰ ਦਿਖਾਈ ਨਹੀਂ ਦਿੰਦਾ ਬਿਲਕੁਲ ਵੀ, ਜਿਸਦੇ ਕਾਰਨ ਕੋਈ ਵੀ ਕੰਮ ਕਰਨ ਦੇ ਲਈ ਅਸਮਰਥ ਆ। ਜਿਹੜੀ ਭੈਣ ਆ ਉਹਦੀ, ਉਹ ਭੈਣ ਕਿਤੇ ਨਾ ਕਿਤੇ ਬਚਪਨ ਤੋਂ ਹੀ ਦਿਮਾਗੀ ਤੌਰ 'ਤੇ ਪਰੇਸ਼ਾਨ ਆ, ਨਾ ਬੋਲ ਸਕਦੀ ਆ ਨਾ ਸੁਣ ਸਕਦੀ ਆ, ਅਤੇ ਮਾਤਾ ਦੀ ਉਮਰ ਇੰਨੀ ਹੋ ਚੁੱਕੀ ਆ ਕਿ ਮਾਤਾ ਤੁਰ ਨਹੀਂ ਸਕਦੀ। ਕਿਤੇ ਨਾ ਕਿਤੇ ਮਦਦ ਦੀ ਜਿਹੜੀ ਆ ਗੁਹਾਰ ਜ਼ਰੂਰ ਦੀਪਕ ਲਗਾ ਰਹੇ ਨੇ। ਗੱਲਬਾਤ ਵੀ ਕਰਦੇ ਹਾਂ ਕਿ ਅਸਲ ਪਰਿਵਾਰ ਦੇ ਇੱਦਾਂ ਦੇ ਹਾਲਾਤ
ਬਣੇ ਕਿਵੇਂ? ਦੀਪਕ, ਪਹਿਲਾਂ ਤਾਂ ਤੁਹਾਡੇ ਫਾਦਰ ਸਾਹਿਬ ਬਾਰੇ ਦੱਸੋ, ਤੁਹਾਡੇ ਪਿਤਾ ਜੀ ਦੀ ਡੈਥ ਕਦੋਂ ਹੋਈ ਤੇ ਕੀ ਕੰਮ ਕਰਦੇ ਸੀ? ਪਹਿਲਾਂ ਪਰਿਵਾਰ ਕਿਵੇਂ ਚੱਲਦਾ ਸੀ? ਵੀਰੇ ਸਤਿ ਸ਼੍ਰੀ ਅਕਾਲ ਜੀ। ਵੀਰੇ ਡੈਡੀ ਦਾ ਨਾ ਉਰੇ ਐਕਸੀਡੈਂਟ ਹੋ ਗਿਆ ਸੀਗਾ, ਘਰ ਕੋਲ ਹੀ ਸੜਕ 'ਤੇ ਕਿਸੇ ਨੇ ਮੋਟਰਸਾਈਕਲ ਮਾਰਿਆ, ਉਹ ਸੜਕ 'ਤੇ ਡਿੱਗ ਗਿਆ, ਉਹਨਾਂ ਦਾ ਸਿਰ ਵੱਜਿਆ ਵੀਰੇ। ਉਦੋਂ ਬਾਅਦ ਉਹ ਇਲਾਜ ਕਰਾਇਆ ਮੈਂ, ਉਹਨਾਂ ਨੇ ਕੋਈ ਇਲਾਜ ਨਹੀਂ ਕਰਾਇਆ, ਉਹ ਭੱਜ ਗਏ। ਉਦੋਂ ਬਾਅਦ ਮੈਂ ਵੀਰੇ, ਮੇਰੇ ਕੋਲ ਤਾਂ ਕੁਛ ਹੈ ਨਹੀਂ ਜੀ, ਮੈਂ ਕਰਜ਼ਾ ਚੱਕ ਚੱਕ ਕੇ ਇਲਾਜ ਕਰਾਇਆ, ਇੱਕ ਸਾਲ ਉਹ ਘਰ ਰੱਖੇ ਮੈਂ, ਸਾਂਭੇ ਸਾਰਾ ਕੁਛ ਕਰਿਆ ਵੀਰੇ ਵੀਰੇ। ਉਦੋਂ ਬਾਅਦ ਇੱਕ ਸਾਲ ਬਾਅਦ ਉਹਨਾਂ ਦੀ ਡੈਥ ਹੋ ਗਈ। ਭਾਵੁਕ ਹੋ ਚੁੱਕੇ ਨੇ ਦੀਪਕ, ਤੁਸੀਂ ਅੱਖਾਂ ਤੋਂ ਨਹੀਂ ਦੇਖ ਸਕਦੇ ਬਿਲਕੁਲ ਵੀ ਵੀਰੇ। ਚਾਰ ਤੋਂ ਪੰਜ ਪਰਸੈਂਟ ਆ ਵੀਰੇ, ਇੱਕ ਅੱਖ ਦੇ ਸਾਈਡ ਤੋਂ ਦਿੱਕਤ ਹੈਗਾ ਇੱਧਰਲੀ ਤੋਂ। ਅੱਛਾ, ਤੁਰ ਫਿਰ ਨਹੀਂ ਸਕਦੇ, ਕੰਮ ਨਹੀਂ ਕਰ ਸਕਦੇ ਵੀਰੇ, ਨਾ ਤਾਂ ਮੈਂ ਇਕੱਲਾ ਜਾ ਸਕਦਾ ਕਿਤੇ, ਨਾ ਕਿਸੇ ਪਾਸੇ ਆ ਸਕਦਾ ਹੈਗਾ। ਜੇ ਕੋਈ ਜਾਣਾ ਤਾਂ ਕਿਸੇ ਨੂੰ ਪਹਿਲਾਂ ਨਾਲ ਕਹਿਣਾ ਪੈਂਦਾ ਵੀਰੇ ਵੀ ਲੈ ਚੱਲ, ਨਹੀਂ ਫਿਰ ਆਟੋ 'ਤੇ ਪੈਸੇ ਦਿਓ ਅਤੇ ਜਾਓ। ਜਦੋਂ ਪਿਤਾ ਜੀ ਸੀ ਸਾਰੇ ਪਰਿਵਾਰ ਨੂੰ ਰੋਟੀ ਖਵਾਉਂਦੇ ਸੀ, ਪਾਲਦੇ ਸੀ? ਹਾਂਜੀ ਵੀਰੇ, ਡੈਡੀ ਵੀ ਕਰਦੇ ਸੀਗੇ ਅਤੇ ਮੈਂ ਵੀ। ਪਹਿਲਾਂ ਜਦੋਂ ਮੇਰੀ ਨਿਗਾਹ 16% ਸੀਗੀ ਵੀਰੇ, ਆ ਖੜੀ ਹੋਈ ਅਤੇ 16% ਉਦੋਂ ਮੈਂ ਧੱਕੇ ਮੁੱਕੀ ਨਾਲ ਕੰਮ ਕਰੀ ਜਾਂਦਾ ਸੀ। ਦੋ ਤਿੰਨ ਵਾਰੀ ਮੇਰਾ ਐਕਸੀਡੈਂਟ ਹੋਇਆ, ਮੇਰੇ ਗੁੱਟ ਵੀ ਦੋਨੇ ਟੁੱਟ ਗਏ ਸੀ, ਇੱਕ ਵਾਰੀ ਲੱਤ ਟੁੱਟੀ ਸੀਗੀ। ਉਦੋਂ ਬਾਅਦ ਵੀਰੇ ਬਸ। ਅਸਲ ਦੀਪਕ, ਤੁਹਾਨੂੰ ਕੀ ਹੋਇਆ ਸੀ? ਤੁਹਾਡੀ ਜਿਹੜੀ ਨਿਗਾਹ ਚਲੀ ਗਈ, ਹੁਣ ਤੁਸੀਂ ਦੱਸ ਰਹੇ ਹੋ ਤੁਹਾਨੂੰ ਸਿਰਫ 4 ਜਾਂ 5%, ਮਤਲਬ ਨਾ ਮਾਤਰ ਹੀ ਦਿਖਾਈ ਦਿੰਦਾ, ਤੁਹਾਨੂੰ ਕੀ ਹੋਇਆ ਸੀ? ਵੀਰ ਜੀ, ਮੇਰਾ ਨਾ ਚੌਥੀ ਕਲਾਸ 'ਚ ਪੜ੍ਹਦਾ ਸੀ ਜਦੋਂ ਨਿਗਾਹ ਘਟੀ ਆਈ। ਉਦੋਂ ਬਾਅਦ ਬਸ ਸਕੂਲੋਂ ਕਹਿਤਾ ਸੀ ਨਿਗਾਹ ਘਟ ਗਈ, ਚੈੱਕ ਕਰਾਓ। ਉਦੋਂ ਬਾਅਦ ਵੀਰੇ ਚੈੱਕ ਕਰਾਉਣ ਲੱਗ ਗਏ, ਚੈੱਕ ਕਰਾਉਂਦੇ ਕਰਾਉਂਦੇ ਬਸ ਵੀਰੇ ਆਹ ਦਿਨ ਆ ਗਏ, ਅੱਖਾਂ ਦਾ ਉੱਤੇ ਲਿਖ ਕੇ ਦੇਤਾ ਚੰਡੀਗੜ੍ਹ PGI 'ਚੋਂ ਲਾਟ 'ਤੇ ਵੀ ਹਾਂਜੀ ਇਹਦੀਆਂ ਅੱਖਾਂ ਦੀਆਂ ਨਾੜਾਂ ਖਤਮ ਹੋ ਚੁੱਕੀਆਂ ਨੇ, ਨਾ ਆਪਰੇਸ਼ਨ ਹੋਵੇ, ਨਾ ਲੈਂਜ ਪੈਣ, ਨਾ ਐਨਕ ਲੱਗੇ ਵੀਰੇ। ਹੁਣ ਪਰਿਵਾਰ ਦੇ ਕੀ ਹਾਲਾਤ ਹੋਏ ਪਏ ਨੇ? ਤੁਹਾਨੂੰ ਦਿਖ ਨਹੀਂ ਰਿਹਾ, ਭੈਣ ਬਿਲਕੁਲ ਨਹੀਂ ਬੋਲ ਸਕਦੀ ਜਾਂ ਕੀ ਆ ਵੀਰੇ? ਉਹ ਨਾ ਉਹਨੂੰ ਕੰਨਾਂ ਤੋਂ ਸੁਣਦਾ ਹੈਗਾ, ਨਾ ਉਹ ਬੋਲਦੀ ਹੈ, ਜਿਹੜਾ ਉਹ ਬੋਲਦੀ ਆ ਉਹ ਆਪਾਂ ਨੂੰ ਨਹੀਂ ਸਮਝ ਆਉਂਦਾ। ਹੁਣ ਉਹਦਾ ਹੈਂਡੀਕੈਪਟ ਦਾ ਉਹ ਬਣ ਰਿਹਾ ਵੀਰੇ। ਪਹਿਲਾਂ ਮੈਂ ਅਸੀਂ ਬਣਵਾਇਆ ਨਹੀਂ ਸੀ ਵੀ ਅਸੀਂ ਠੀਕ ਹੋਵਾਂਗੇ, ਪਰ ਅਸੀਂ ਨਹੀਂ ਠੀਕ ਹੋਏ ਵੀਰੇ, ਤਾਂ ਅਸੀਂ ਬਣਵਾਇਆ ਗੇ। ਹੁਣ 100% ਦਾ ਉਹਦਾ ਬਣਾ ਕੇ ਦਿੱਤਾ ਵੀ 100% ਉਹ ਹੈਂਡੀਕੈਪਟ ਹੈ। ਘਰ ਕਿਵੇਂ ਚੱਲਦਾ ਦੀਪਕ ਹੁਣ? ਵੀਰੇ 1500 ਮੇਰੀ ਪੈਨਸ਼ਨ ਆਉਂਦੀ ਹੈ, 1500 ਮੰਮੀ ਦੀ ਆਉਂਦੀ ਹੈ ਅਤੇ 4000 ਇਸ ਘਰ ਦਾ ਕਿਰਾਇਆ ਵੀਰੇ। ਵੀਰੇ ਪਿਛਲੇ 1 ਸਾਲ ਤੋਂ ਮੈਂ ਮਰਨ ਲਈ ਤਿਆਰ ਦੀ ਵੀ ਮੈਂ ਨਹੀਂ ਜੀਣਾ, ਮੇਰੇ ਹੱਥ ਗਹਿਣੇ ਨੇ, ਨਾ ਤਾਂ ਮੈਂ ਆਪਣੀ ਮਾਂ ਨਾਲ ਨਾ ਆਪਣੀ ਭੈਣ ਦਾ ਕੁਛ ਨਹੀਂ ਕਰ ਸਕੀ। ਇੱਕ ਭਾਜੀ ਨੇ ਸਾਨੂੰ ਸਾਰਾ ਲਾ ਕੇ ਰੱਖਿਆ ਵੀ, ਉਹਨਾਂ ਨੇ ਸਾਨੂੰ ਡੁੱਬਣ ਨਹੀਂ ਦਿੱਤਾ, ਪਰ ਵੀਰੇ ਮੈਂ ਉਹਨਾਂ ਨੂੰ ਕਿੰਨਾ ਟਾਈਮ ਕਹੀ ਜਾਊਂਗਾ ਜਾਂ ਕੁਛ ਕਹੀ ਜਾਊਂਗਾ, ਨਹੀਂ ਮੇਰਾ ਰੋਜ਼ ਕਹਿਣਾ ਔਖਾ ਹੈਗਾ ਵੀਰੇ। ਮੈਨੂੰ ਭੈਣ ਭਰਾ ਕਹਿੰਦੇ ਨੇ ਵੀ ਦੁੱਧ ਸਸਤਾ ਮਕਾਨ ਲੈ ਲਾ ਵੀਰੇ, ਜਿੱਦਾਂ ਵੀ ਮੈਂ ਜਾ ਕੇ ਮਕਾਨ ਪੁੱਛਣਾ, ਅਗਲਾ ਕਹਿੰਦਾ ਕਿੰਨੇ ਜਾਣੇ ਉਹ ਤਿੰਨੇ ਜਾਣੇ, ਜਦੋਂ ਵੀਰੇ ਅਗਲਾ ਕਹਿੰਦਾ ਕੰਮ ਕੀ ਕਰਦੇ ਦੱਸਦੇ, ਅਗਲਾ ਕਹਿੰਦਾ ਨਹੀਂ ਅਸੀਂ ਦੇਣਾ ਮਕਾਨ, ਅਸੀਂ ਨਹੀਂ ਮਕਾਨ ਦੇਣਾ, ਕਿੱਥੋਂ ਕਰਾਇਆ ਦੇਗਾ। ਦੀਪਕ, ਹੁਣ ਕਿਸ ਤਰੀਕੇ ਨਾਲ ਦੇਖਦੇ ਹੋ? ਕਿਤਨਾ ਕਿਤੇ ਤੁਹਾਡਾ ਦੁੱਖ ਹਰ ਇੱਕ ਦੇਖ ਕੇ ਇਸ ਵਕਤ ਰੋ ਰਿਹਾ ਹੋਊਗਾ, ਜੋ ਘਰ ਦਾ ਤੁਹਾਡਾ ਮਾਹੌਲ ਬਣਿਆ ਪਿਆ। ਪਿਤਾ ਜੀ ਸੀ, ਕਮਾਉਂਦੇ ਸੀ, 2 ਵਕਤ ਦੀ ਰੋਟੀ ਖਾਂਦੇ ਸੀ, ਹੁਣ ਰੋਟੀ ਮਿਲਦੀ ਆ ਜਾਂ ਕਿਸ ਤਰੀਕੇ ਨਾਲ ਚੱਲ ਰਿਹਾ ਪਰਿਵਾਰ? ਬਸ ਵੀਰੇ ਟਾਈਮ ਪਾਸ ਹੋ ਜਾਂਦਾ, ਤੁਹਾਨੂੰ ਪਤਾ ਹੀ ਹੈਗਾ,
ਜੇ ਨਹੀਂ ਕੋਈ ਸਰਦਾ ਹੁੰਦਾ ਤਾਂ ਮਾੜਾ ਮੋਟਾ ਕਹਿ ਦਿੰਦੇ ਆ, ਫਿਰ ਫਰਾਰ ਵਾਰ ਨਹੀਂ ਨਾ ਕਿਹਾ ਜਾਂਦਾ ਆਪਣੇ ਤੋਂ, ਚਲੋ ਹੁਣ ਭਰਾ ਕਰ ਦੇਣਗੇ ਫਿਰ ਬਾਅਦ 'ਚ ਕਿਤੇ ਜਾਵਾਂਗੇ। ਵੀਰੇ ਜਿੰਨਾ ਟਾਈਮ ਸਾਡੇ ਘਰ ਦਾ ਕੋਈ ਹੱਲ ਨਹੀਂ ਬਣਦਾ ਵੀਰੇ, ਜੇ ਮੰਨ ਲਾ ਹੁਣ ਇੱਥੇ ਤਾਂ ਅਸੀਂ ਖੇਤਾਂ 'ਚ ਬੈਠੇ ਹਾਂਗੇ, ਆਲੇ ਦੁਆਲੇ ਕੀ ਹੈਗਾ, ਜੇ ਕਿਸੇ ਚੱਜ ਦੀ ਜਗ੍ਹਾ 'ਤੇ ਕੋਈ ਮਕਾਨ ਹੋਵੇ ਵੀ ਚਾਰ ਘਰ ਆਲੇ ਦੁਆਲੇ ਹੋਣ ਬੰਦਾ, ਉੱਥੇ ਵੀਰੇ ਹੁਣ ਉਰੇ ਮੈਂ 10,000 ਦਾ ਸਮਾਨ ਕਿਸੇ ਭਰਾ ਨੂੰ ਕਹਿ ਦਿੰਦਾ ਵੀ ਸਾਨੂੰ ਪਵਾ ਦਿਓ ਉਰੇ, ਵੀ ਦੁਕਾਨ ਵਾਲਾ ਵੀਰੇ ਦੁਕਾਨ ਦਾ ਵੀ ਹੁਣ ਮੈਂ ਇਕੱਲਾ ਚਲਾ ਨਹੀਂ ਸਕਦਾ ਹੈਗਾ ਵੀਰੇ, ਮੈਨੂੰ ਆਪ ਨੂੰ ਨਹੀਂ ਦਿਖਦਾ, ਮਾਂ ਨੂੰ ਮੇਰੀ ਨੂੰ ਰੋਜ਼ ਕਿਤੇ ਮੈਂ ਚੱਕੀ ਫਿਰੂੰ, ਜੇ ਘਰ ਦਾ ਹੀਲਾ ਆਪਦਾ ਆਪਣੂੰ ਤਾਂ ਉੱਥੇ ਰੱਖ ਕੇ ਮੇਰੀ ਮਾਂ ਵੀ ਕੋਲੇ ਆ, ਉਹ ਪੈਸੇ ਵੀ ਦੱਸ ਸਕਦੀ ਹੈ ਬਾਈ ਵੀ ਇੰਨੇ ਬਣ ਗਏ ਇੰਨੇ ਦਿਓ, ਤਾਂ ਉਹ ਕੰਮ ਚੱਲ ਸਕਦਾ ਵੀਰੇ, ਹੋਰ ਪਾਸੇ ਸਾਰੇ ਪਾਸਿਓਂ ਹੱਥ ਖੜੇ ਹੋ ਗਏ, ਮੈਂ ਕੰਮ ਵੀ ਕਰਕੇ ਦੇਖ ਲਿਆ ਉਦੋਂ ਪਹਿਲਾਂ, ਜਿਹੜਾ ਬੰਦਾ ਨਾਲ ਲਾਉਂਦੇ ਬਾਈ ਉਹ ਪੈਸੇ ਤੋੜ ਜਾਂਦਾ, ਮੈਂ ਤੋਂ ਪੈਸੇ ਨਹੀਂ ਪੂਰੇ ਹੁੰਦੇ, ਉਹ ਅਗਲਾ ਕਹਿ ਜਾਂਦਾ ਮੈਂ ਹੋਏ ਤਾਂ ਹੋਏ। ਬਿਲਕੁਲ, ਰੋ ਕੇ ਦੀਪਕ ਮਦਦ ਦੀ ਗੁਹਾਰ ਮੰਗ ਰਿਹਾ, ਬਹੁਤ ਬੁਰੇ ਹਾਲਾਤ, ਬਹੁਤ ਕਿਤੇ ਨਾ ਕਿਤੇ ਦੁੱਖਦਾਇਕ ਜਿਹੜੀਆਂ ਤਸਵੀਰਾਂ ਨੇ ਇਸ ਪਰਿਵਾਰ ਦੀਆਂ ਬਣੀਆਂ ਹੋਈਆਂ ਨੇ। ਮਾਤਾ ਜੀ ਤੁਸੀਂ ਤੁਰ ਫਿਰ ਸਕਦੇ ਹੋ ਹੁਣ ਇਸ ਵਕਤ? ਤੁਰਿਆ ਨਹੀਂ ਜਾਂਦਾ। ਕਿੰਨੀ ਉਮਰ ਹੋ ਗਈ ਤੁਹਾਡੀ? 50-60 ਸਾਲ ਦੀ ਹੋ ਗਈ। ਹੁਣ ਕਿਵੇਂ ਦੇਖਦੇ ਹੋ? ਤੁਹਾਡੇ ਪਤੀ ਸੀ, ਕੰਮ ਕਾਰ ਕਰਦੇ ਸੀ, ਕੰਮ ਕੀ ਕਰਦੇ ਸੀ ਉਹ? ਲੇਬਰ ਦਾ ਕੰਮ ਕਰਦੇ। ਉਹਨਾਂ ਦੇ ਜਾਣ ਤੋਂ ਬਾਅਦ ਇੱਕਦਮ ਹਾਲਾਤ ਇਦਾਂ ਦੇ ਬਣ ਗਏ? ਇੱਕਦਮ ਹੀ ਬਣ ਗਏ ਹਾਲਾਤ ਸਾਡੇ ਆ ਗਏ, ਇਹਦਾ ਰੋਟੀ ਤੋਂ ਵੀ ਔਖੇ ਹੋ ਗਏ ਸੀ। ਇਹ ਤੁਹਾਡੀ ਬੇਟੀ ਦੀ ਉਮਰ ਕਿੰਨੀ ਆ? 26 ਸਾਲ। ਬਿਲਕੁਲ ਨਹੀਂ ਕੋਈ ਕੰਮ ਜਾਂ ਕੁਛ ਸਮਝ ਹੈਗੀ ਇਹਨਾਂ ਨੂੰ? ਆਪਣਾ ਨਹਾਉਣਾ ਧੋਣਾ ਕਰ ਲੈਂਦੇ ਨੇ? ਕਰ ਲੈਂਦੇ। ਕੁਛ ਸਮਝ ਹੈ? ਨਾਮ ਕੀ ਆ ਤੁਹਾਡਾ? ਬੋਲੇ ਜੇ ਬੋਲੇ ਟੀ ਹੈ, ਬੋਲੇ ਜੇ ਬੇਜਾ, ਬੋਲੇ ਜੇ ਬੇਜਾ, ਬੋਲ ਬੇਟੀ। ਹਾਲਾਤ ਇਸ ਪਰਿਵਾਰ ਦੇ ਇੰਨੇ ਕੁ ਨਾਜ਼ੁਕ ਬਣੇ ਹੋਏ ਨੇ ਕਿ ਅਸੀਂ ਇਸ ਵਕਤ ਬੈਠੇ ਹਾਂ, ਅਸੀਂ ਵੀ ਭਾਵੁਕ ਹੋ ਚੁੱਕੇ ਹਾਂ। ਤਸਵੀਰਾਂ ਦੇਖ ਸਕਦੇ ਹੋ ਕਿ ਦੀਪਕ ਗੱਲ ਕਰ ਵੀ ਰਿਹਾ ਅਤੇ ਰੋ ਵੀ ਰਿਹਾ ਅਤੇ ਇੱਕ ਮਦਦ ਦੀ ਗੁਹਾਰ ਜ਼ਰੂਰ ਲਗਾ ਰਿਹਾ। ਤੁਸੀਂ ਇੱਕ ਮੋਬਾਈਲ ਨੰਬਰ ਵੀ ਦੇਖ ਸਕਦੇ ਹੋ ਇਹਨਾਂ ਦਾ, ਜਿਹਦੇ ਵਿੱਚ ਤੁਸੀਂ ਦੀਪਕ ਦੇ ਨਾਲ ਸੰਪਰਕ ਕਰ ਸਕਦੇ ਹੋ। ਭੀਖ ਤੋਂ ਜ਼ਿਆਦਾ ਦੀਪਕ ਰੁਜ਼ਗਾਰ ਮੰਗ ਰਿਹਾ ਕਿ ਅਗਰ ਸਾਨੂੰ ਕੋਈ ਰੁਜ਼ਗਾਰ ਹੀ ਦੇ ਦਿੱਤਾ ਜਾਵੇ ਜਿਸ ਦੇ ਨਾਲ ਅਸੀਂ ਦੋ ਸਮੇਂ ਦੀ ਜਿਹੜੀ ਰੋਟੀ ਆ ਉਹ ਖਾ ਸਕੀਏ, ਆਪਣੇ ਪਰਿਵਾਰ ਨੂੰ ਪਾਲ ਸਕੀਏ। ਤਾਂ ਸੰਗਰੂਰ ਦੀਆਂ ਇਹ ਤਸਵੀਰਾਂ ਨੇ, ਸੰਗਰੂਰ ਦੇ ਉੱਪਲੀ ਰੋਡ ਦੇ ਉੱਪਰ ਇਹ ਦੀਪਕ ਜਿਹੜੇ ਹੈਗੇ ਨੇ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਨੇ। ਪਹਿਲਾਂ ਤੁਹਾਨੂੰ ਕਿਰਾਏ ਦੇ ਮਕਾਨ ਨੂੰ ਵੀ ਦਿਖਾ ਦਾਂ ਕਿ ਸਿਰਫ ਇੱਕ ਕਮਰਾ ਹੈਗਾ ਜਿਹੜਾ ਕਿਤੇ ਨਾ ਕਿਤੇ ਜਿਸ ਦੇ ਵਿੱਚ ਜਿਹੜਾ ਦੀਪਕ ਆ ਰਹਿ ਰਿਹਾ ਕਿਤੇ ਨਾ ਕਿਤੇ। 1500 ਰੁਪਇਆ ਦੀਪਕ ਦੀ ਪੈਨਸ਼ਨ ਜਿਹੜੀ ਹੈਗੀ ਆ ਸਰਕਾਰ ਵੱਲੋਂ ਮਿਲਦੀ ਆ, 1500 ਦੀ ਮਾਂ ਹੈ ਅਤੇ 4000 ਰੁਪਇਆ ਇਸ ਇੱਕ ਕਮਰੇ ਦਾ ਅਤੇ ਇੱਕ ਵਿਹੜੇ ਦਾ ਕਿਰਾਇਆ। ਤਾਂ ਬਿਲਕੁਲ ਪਰਿਵਾਰ ਇਸ ਵਕਤ ਉਹਨਾਂ ਹਾਲਾਤਾਂ ਦੇ ਵਿੱਚੋਂ ਦੀ ਲੰਘ ਰਿਹਾ ਜਿੱਥੇ ਕਿ ਦੋ ਸਮੇਂ ਦੀ ਰੋਟੀ ਵੀ ਜਿਹੜੀ ਹੈਗੀ ਆ ਉਹ ਪੱਕੀ ਨਹੀਂ ਮਿਲਦੀ। ਸਵੇਰ ਦੀ ਰੋਟੀ ਅਗਰ ਖਾਂਦੇ ਹਾਂ ਤਾਂ ਸ਼ਾਮ ਦੀ ਪੱਕਾ ਨਹੀਂ ਪਤਾ ਹੁੰਦਾ ਕਿਉਂਕਿ ਰੁਜ਼ਗਾਰ ਕੋਈ ਹੈ ਨਹੀਂ। ਭੈਣ ਪਾਗਲ ਆ ਜਿਹੜੀ ਨਾ ਸੁਣ ਸਕਦੀ ਆ ਨਾ ਬੋਲ ਸਕਦੀ ਆ, ਮਾਤਾ ਬਜ਼ੁਰਗ ਆ ਅਤੇ ਦੀਪਕ ਜਿਹੜਾ ਹੈਗਾ ਆਪਣੀਆਂ ਅੱਖਾਂ ਦੀ ਰੋਸ਼ਨੀ ਗਵਾ ਬੈਠਾ ਅਤੇ ਤੁਹਾਡੇ ਤੋਂ ਮਦਦ ਦੀ ਅਪੀਲ ਜ਼ਰੂਰ ਕਰ ਰਿਹਾ। ਅਤੇ ਅਸੀਂ ਵੀ ਇਹੀ ਬੇਨਤੀ ਕਰਾਂਗੇ ਕਿ ਦਾਨੀ ਸੱਜਣ ਇਸ ਪਰਿਵਾਰ ਦੀ, ਇਸ ਨੌਜਵਾਨ ਦੀ ਮਦਦ ਜ਼ਰੂਰ ਕਰੋ ਤਾਂ ਜੋ ਆਪਣੀ ਮਾਂ ਨੂੰ ਅਤੇ ਆਪਣੀ ਭੈਣ ਨੂੰ ਇਹ ਰੋਟੀ ਖਵਾ ਸਕੇ, ਪਾਲ ਸਕੇ ਅਤੇ ਉਹਨਾਂ ਦਾ ਗੁਜ਼ਾਰਾ ਕਰ ਸਕੇ। ਦੈਨਿਕ ਸਵੇਰਾ ਟੀਵੀ ਤੋਂ ਚਰਨਜੀਵ ਕੌਸ਼ਲ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।